ਖਰੜ ਪੁਲਿਸ ਨੇ 2 ਦਿਨ ਪਹਿਲਾਂ ਚੋਰੀ ਹੋਈ ਕਾਰ ਨੂੰ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਰੜ ਸਿਟੀ ਦੇ ASI ਨਿਦਾਨ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਖਰੜ ਦੇ LIC ਕਲੋਨੀ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਦੇ ਘਰੋਂ ਕਾਰ ਚੋਰੀ ਹੋਣ ਦੀ ਕੰਪਲੇਂਟ ਆਈ ਸੀ। ਖਰੜ ਬਾਂਸਾ ਵਾਲੀ ਚੁੰਗੀ ਤੇ ਪੁਲਿਸ ਨੇ ਨਾਕੇ ਦੌਰਾਨ 2 ਨੌਜਵਾਨਾਂ ਨੂੰ ਜਨ ਕਾਰ ਦੇ ਨਾਲ ਕਾਬੂ ਕੀਤਾ ਹੈ ਤੇ 2 ਨੌਜਵਾਨਾਂ ਦੀ ਪਹਿਚਾਣ ਸੁਰਿੰਦਰ ਸਿੰਘ ਤੇ ਰਣਜੀਤ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਨੌਜਵਾਨਾਂ ਤੇ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 2 ਮੁਜਰਮ ਆ ਰਹੇ ਸੀਗੇ ਕਾਰ ਲੈ ਕੇ, ਬਾਂਸਾ ਵਾਲੀ ਚੁੰਗੀ ਤੇ ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਇਹ ਹੈਗਾ ਸੀ ਗੁਰਿੰਦਰ ਸਿੰਘ ਸਨ ਆਫ ਰਘਵੀਰ ਸਿੰਘ ਤੇ ਦੂਜਾ ਮੁੰਡਾ ਹੈਗਾ ਰਣਜੀਤ ਸਿੰਘ ਸਨ ਆਫ ਸੁਰਮੁਖ ਸਿੰਘ। ਇਹ ਬਰਿਆਲੀ ਪਿੰਡ ਦੇ ਆ ਤੇ 2 ਇਹ ਜੈਨ ਕਾਰ ਸੀ ਵਾਈਟ ਕਲਰ ਦੀ, ਉਹਦੇ ਵਿੱਚ ਇਹ ਚੋਰੀ ਦੀ ਉਹ ਗੱਡੀ ਹੋਈ ਵੀ ਸੀਗੀ। ਇਹ ਜਿਹੜੀ ਗੱਡੀ ਦਾ ਮਾਲਕ ਸੀਗਾ ਹਰਜੀਤ ਸਿੰਘ ਸਨ ਆਫ ਅਮਰ ਸਿੰਘ ਸੀਗੇ ਤੇ LIC ਕਲੋਨੀ ਵਿੱਚ ਰਹਿੰਦੇ ਤੇ ਇਹਨਾਂ ਤੋਂ ਇਹ ਆਲਰੇਡੀ 1 ਦਿਨ ਪਹਿਲਾਂ ਕੰਪਲੇਂਟ ਆਈ ਸੀ ਤੇ ਇਹਨਾਂ ਨੂੰ ਅਸੀਂ ਟਰੇਸ ਕਰ ਲਿਆ। ਸਰ ਕਿਹੜੀ ਧਾਰਾ ਦੇ ਦਿਨ 379 ਦੇ ਵਿੱਚ ਕੀਤੇ ਆ ਤੇ ਬਾਕੀ ਪੁੱਛਗਿੱਛ ਜਾਰੀ ਆ। ਖਰੜ ਤੋਂ ਡੇਵਿਡ ਵਰਮਾ, GBA ਪੰਜਾਬ TV।